ਹਲਕਾ ਸ਼ਾਹਕੋਟ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਜਿਸ ਵਿਚ ਹਰ ਪਾਰਟੀ ਆਪਣੇ ਆਪਣੇ ਤਰੀਕੇ ਨਾਲ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ। ਇਸੇ ਤਹਿਤ ਸੀਨੀਅਰ ਕਾਂਗਰਸੀ ਆਗੂ ਸਰਦਾਰ ਗੁਰਮੁਖ ਸਿੰਘ ਕੋਟਲਾ ਹੁਣਾਂ ਦੇ ਪਿੰਡ ਕੋਟਲਾ ਸੂਰਜਮਲ ਵਿਖੇ ਵੀ ਚੋਣ ਪ੍ਰਚਾਰ ਕੀਤਾ ਗਿਆ, ਜਿਸ ਵਿਚ MLA ਕਪੂਰਥਲਾ ਰਾਣਾ ਗੁਰਜੀਤ ਸਿੰਘ ਆਪਣੀ ਸਮੁੱਚੀ ਟੀਮ ਸਮੇਤ ਪਹੁੰਚੇ ਅਤੇ ਵੋਟਰਾਂ ਨਾਲ ਗੱਲਬਾਤ ਕੀਤੀ। ਸ਼ਾਹਕੋਟ ਤੋਂ ਮੌਂਟੀ ਅਰੋੜਾ ਦੀ ਵਿਸ਼ੇਸ਼ ਰਿਪੋਰਟ। ਜ਼ਿਮਨੀ ਚੋਣ ਅਚਾਨਕ ਆ ਗਈ, ਕੁਹਾੜ ਸਾਹਿਬ ਦਾ ਜਾਣਾ ਅਤੇ ਚੋਣ ਦਾ ਆਉਣਾ ਇਹ ਪਤਾ ਨਹੀਂ ਲੱਗਾ, ਔਰ ਕਾਂਗਰਸ ਪਾਰਟੀ ਨੇ ਅੱਜ ਹਰਦੇਵ ਸਿੰਘ ਲਾਡੀ ਸ਼ੇਰਵਾਲੀਏ ਨੂੰ ਟਿਕਟ ਦੇ ਕੇ ਕਾਂਗਰਸ ਪਾਰਟੀ ਦੀ ਇਲੈਕਸ਼ਨ 'ਚ ਉਤਾਰਿਆ। ਬੇਨਤੀ ਕਰਨ ਲਈ ਹਾਜ਼ਰ ਹੋਏ ਹਾਂ ਕਿ ਵੋਟਾਂ ਆਪਾਂ ਸਾਰੇ ਹੁਮ ਆ ਕੇ ਹਰਦੇਵ ਸਿੰਘ ਲਾਡੀ ਨੂੰ ਪਾਈਏ, ਕਿਉਂਕਿ ਉਹ MLA ਵੀ ਨਹੀਂ ਸੀ, ਫਿਰ ਵੀ ਉਹਨਾਂ 150 ਕਰੋੜ ਰੁਪਇਆ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਕੇ ਇਸ ਹਲਕੇ ਦੇ ਵਿੱਚ ਵੱਖਰੀਆਂ ਵੱਖਰੀਆਂ ਪੰਚਾਇਤਾਂ 'ਚ ਵੱਖਰਿਆਂ ਵੱਖਰਿਆਂ ਕੰਮਾਂ 'ਚ, ਪਰ ਸਾਰਿਆਂ ਨਾਲੋਂ ਵੱਡਾ ਜਿਹੜਾ ਮੈਨੂੰ ਚੰਗਾ ਲੱਗਾ ਕੰਮ ਜਿਹਦੇ 'ਚ ਉਹਨੇ ਯੋਗਦਾਨ ਪਾਇਆ, ਇੱਕ ਲੜਕੀਆਂ ਦਾ ਕਾਲਜ ਸ਼ਾਹਕੋਟ ਦੇ ਲਾਗੇ। ਇਹ ਬਹੁਤ ਦੇਰ ਬਾਅਦ 1947 ਤੋਂ ਬਾਅਦ ਪਹਿਲੇ ਹੀ MLA ਹੋਣਗੇ ਜਿਨ੍ਹਾਂ ਨੇ ਇਸ ਬੰਨੇ ਨੂੰ ਸੋਚਿਆ। ਜਦੋਂ ਜਦੋਂ ਪਾਵਰ ਚਾਹੀਦਾ ਉਦੋਂ ਗਰੀਬ ਜਨਤਾ ਦੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਅਕਾਲੀ ਦਲ ਰੋਕ ਦਿੰਦਾ ਉਹ ਅਸੀਂ ਆ ਕੇ ਕਰੀ ਦੀਆਂ, ਚਾਹੇ ਉਹ 5 ਮਰਲੇ ਦੇ ਪਲਾਟ ਹੋਣ। 5 ਮਰਲੇ ਦਾ ਪਲਾਟ ਪਿਛਲੇ 10 ਸਾਲ 'ਚ ਨਹੀਂ ਮਿਲਿਆ ਕੋਈ, ਸਾਂਝੀ ਜ਼ਮੀਨ ਹੈ, ਪਲਾਟ ਮਿਲਣ ਲੱਗੇ, ਪਰ ਗਰਾਂਟਾਂ ਵੀ ਮਿਲ ਗਈਆਂ ਥੋੜ੍ਹੀਆਂ ਥੋੜ੍ਹੀਆਂ, 2-2, 4-4, 6-6, ਪਰ ਇੱਕ ਗਰਾਂਟ 1,20,000 ਰੁਪਏ ਦੀ ਹੋਏਗੀ। ਵੀਰੋ ਮੇਰਿਓ ਨੀਲੇ ਕਾਰਡ ਵਿਤਕਰੇ ਨਾ ਬਣੇ, ਪਰਚੇ ਹੋਏ, ਪੈਨਸ਼ਨਾਂ ਨਹੀਂ ਲੱਗੀਆਂ, ਹੁਣ ਨਰੇਗਾ ਦੀ ਸਕੀਮ ਵੀ ਠੱਪ ਕਰਕੇ ਰੱਖੀ, ਨਰੇਗਾ ਦੇ ਵੀ ਕਾਰਡ ਬਣਾਵਾਂਗੇ ਅਤੇ ਗਰੀਬ ਜਨਤਾ ਨਾਲ 4-5 ਚੀਜ਼ਾਂ ਦਾ ਵਾਅਦਾ। ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਰਾਜਪਾਲ ਚਾਹੁੰਦੇ 50,000 ਰੁਪਇਆ SC ST ਕਾਰਪੋਰੇਸ਼ਨ ਤੋਂ ਜਿਹਨੇ ਲੋਨ ਲਿਆ ਉਹਨਾਂ ਦਾ 50,000 ਰੁਪਈਏ ਤੋਂ 1,000 ਰੁਪਇਆ ਉਹ ਮਾਫ ਕਰ ਦਿੱਤਾ ਜਿਵੇਂ ਕਿਸਾਨਾਂ ਦਾ ਲੋਨ। ਮੈਂ ਰਾਣਾ ਜੀ ਦਾ ਇੱਥੇ ਆਉਣ 'ਤੇ ਸਮੁੱਚੀ ਨਗਰ ਨਿਵਾਸੀ ਸੰਗਤ ਵੱਲੋਂ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਰਾਣਾ ਜੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਆਸ਼ੀਰਵਾਦ ਦੇ ਨਾਲ, ਤੁਹਾਡੇ ਵਰਗੇ ਲੀਡਰਾਂ ਦੇ ਹੌਸਲੇ ਦੇ ਨਾਲ ਅਸੀਂ 2.5 ਸਾਲ ਪਹਿਲਾਂ ਅਕਾਲੀ ਸਰਕਾਰ ਦੇ ਹੁੰਦਿਆਂ ਹੋਇਆਂ ਸਰਪੰਚੀ ਦੀ ਜ਼ਿਮਨੀ ਚੋਣ ਜਿੱਤੀ, ਜਿਹਦੇ ਵਿੱਚ ਨਿਰਮਲ ਸਿੰਘ ਨੂੰ ਸੂਬੇਦਾਰ, ਸਾਬਕਾ ਸੂਬੇਦਾਰ ਨੂੰ ਰਾਜੀ ਨਾਲ ਮਿਲ ਕੇ ਸਾਰਿਆਂ ਨੇ ਸਰਪੰਚ ਬਣਾਇਆ, ਜਿਨ੍ਹਾਂ ਦੇ ਵਿੱਚ ਸਾਨੂੰ ਇੰਨਾ ਮਾਣ ਸੁਭਾਗ ਪ੍ਰਾਪਤ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਸ਼ਾਹਕੋਟ ਆ ਕੇ ਸਾਡੇ ਸਰਪੰਚ ਸਾਹਿਬ ਨੂੰ ਸਨਮਾਨਿਤ ਕਰਕੇ ਗਏ।